ਪੰਜਾਬ ਗਵਰਨਮੈਂਟ ਨੇ ਪਿਛਲੀ ਵਾਰ ਰਿਪਲਾਈ ਫਾਈਲ ਕਰ ਦਿੱਤਾ ਸੀ ਤੇ ਯੂਨੀਅਨ ਆਫ ਇੰਡੀਆ ਨੇ ਜਿਹੜਾ ਰਿਪਲਾਈ ਉਹ ਇਸ ਵਾਰ ਫਾਈਲ ਕੀਤਾ। ਹੁਣ ਉਹਦੇ ਵਿੱਚ ਜਿਹੜੀ ਅਗਲੀ ਤਰੀਕ ਹੈ ਉਹ 21-10 ਨੂੰ ਜਿਹੜਾ ਹੈ ਫਾਈਨਲ ਆਰਗੂਮੈਂਟ ਦੇ ਵਾਸਤੇ ਉਹ ਕੇਸ ਜਿਹੜਾ ਉਹ ਅਡਜਰਨ ਹੋਇਆ। ਭਾਰਤ ਸਰਕਾਰ ਨੇ ਰਿਪਲਾਈ ਕੀ ਫਾਈਲ ਕੀਤਾ? ਭਾਰਤ ਸਰਕਾਰ ਨੇ ਜਿਹੜਾ ਹੂਬਹੂ ਪੰਜਾਬ ਸਰਕਾਰ ਨੇ ਜਿਹੜੀ ਉਹਨਾਂ ਦੇ ਖਿਲਾਫ ਡਿਟੈਂਸ਼ਨ ਦੇ ਗਰਾਊਂਡ ਨੇ ਜਾਂ ਉਸ ਤੋਂ ਬਾਅਦ ਜਿਹੜੇ ਉਹਨਾਂ ਦੇ ਖਿਲਾਫ ਐਲੀਗੇਸ਼ਨ ਨੇ ਉਹਨਾਂ ਨੂੰ ਕਨਫਰਮੇਸ਼ਨ ਜਿਹੜੀ ਭਾਰਤ ਸਰਕਾਰ ਨੇ ਉਹ ਕੀਤੀ ਹੈ ਕਿ ਬਿਲਕੁਲ ਗਰਾਊਂਡ ਸਹੀ ਨੇ ਔਰ ਜਿਹੜੀ ਇਹਨਾਂ ਦੀ NSA ਆ ਉਹਨੂੰ ਐਕਸਟੈਂਡ ਕੀਤਾ ਜਾਏ। ਤੁਸੀਂ ਸਰਬਜੀਤ ਕਲਸੀ ਨੂੰ ਡਿਬਰੂਗੜ੍ਹ ਜੇਲ੍ਹ 'ਚ ਮਿਲ ਕੇ ਵੀ ਆਏ ਜੀ, ਕੀ ਉੱਥੇ ਸਾਰੇ ਜਿਹੜੇ ਹੈਗੇ ਨੇ ਉਹਨਾਂ ਦਾ ਕੀ ਹਾਲ ਹੈ, ਕਿਸ ਕੰਡੀਸ਼ਨ 'ਚ ਹੈ? ਜਿਹੜਾ ਕਨਫਲਿਕਟ ਵਿੱਚ ਆਪਸ 'ਚ ਗੱਲ ਆ ਰਹੀ ਹੈ ਵੀ ਕਨਫਲਿਕਟ ਹੋ ਗਿਆ, ਉਹਦੇ ਬਾਰੇ ਕੀ ਕਹਿਣਾ? ਲੇਕਿਨ ਜਿਹੜਾ ਸਰਬਜੀਤ ਕਲਸੀ ਹੋਣ ਵਾਲੀ ਗੱਲ ਹੈ ਕਿ ਉਹਨਾਂ ਦੇ ਵਿੱਚ ਆਪਸ 'ਚ ਕਨਫਲਿਕਟ ਹੋਇਆ, ਇੱਦਾਂ ਦੀ ਕੋਈ ਗੱਲ ਨਹੀਂ ਹੈ। ਮੈਂ ਪਿੱਛੇ ਜੋ ਉਹਨਾਂ ਨੂੰ ਮਿਲ ਕੇ ਆਇਆ ਤੇ ਮੈਨੂੰ ਨਾਲ ਵਾਲੇ ਸਾਥੀਆਂ ਨੂੰ ਵੀ ਮਿਲਣ ਦਾ ਜਿਹੜਾ ਮੌਕਾ ਮਿਲਿਆ ਉੱਥੇ, ਉਹ ਸਾਰੇ ਜਾਣੇ ਇਕਜੁੱਟਤਾ ਦੇ ਨਾਲ ਰਹਿ ਰਹੇ ਨੇ। ਬਾਕੀ ਜਿਹੜਾ ਉਹਨਾਂ ਨੂੰ ਇੱਥੋਂ ਇਹ ਪੰਜਾਬ ਤੋਂ 2500 ਕਿਲੋਮੀਟਰ ਦੂਰ ਜਿਹੜਾ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਉਹਨਾਂ ਨੂੰ ਸ਼ਿਫਟ ਗਿਆ, ਜਿਹੜੀ ਭਾਸ਼ਾ ਹੈ ਉੱਥੋਂ ਦਾ ਜਿਹੜਾ ਵਾਤਾਵਰਨ ਹੈ ਉੱਥੋਂ ਦੀ ਜਿਹੜੀ ਲੈਂਗੁਏਜ ਹੈ ਔਰ ਉੱਥੋਂ ਦੇ ਜਿਹੜੇ ਲੋਕ ਨੇ ਉਹ ਉਹਨਾਂ ਦੇ ਨਾਲ ਮੇਲ ਨਹੀਂ ਖਾਂਦੇ ਗੇ, ਇਹਨਾਂ ਚੀਜ਼ਾਂ ਨੂੰ ਲੈ ਕੇ ਜਿਹੜਾ ਉਹ ਮਤਲਬ ਇੱਕ ਤਰੀਕੇ ਦਾ ਪਰੇਸ਼ਾਨੀ ਦੇ ਨਾਲ ਜਿਹੜਾ ਉਹ ਜੇਲ੍ਹ ਦੇ ਵਿੱਚ ਰਹਿ ਰਹੇ ਨੇ। ਕੋਈ ਮੈਸੇਜ ਵੀ ਆ ਗਿਆ ਸਰ? ਸਰਬਜੀਤ ਕਲਸੀ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਡੇਰਾ ਬਾਬਾ ਨਾਨਕ ਸੀਟ ਹੈ ਉਹਦੇ ਤੋਂ ਇਲੈਕਸ਼ਨ ਲੜ ਰਹੇ ਨੇ ਤੇ ਉਹਨਾਂ ਦਾ ਇਹੀ ਕੌਮ ਦੇ ਪ੍ਰਤੀ ਮੈਸੇਜ ਹੈ ਕਿ ਸਾਨੂੰ ਜਿਹੜਾ ਹੈ ਜਿਤਾਇਆ ਜਾਵੇ ਔਰ ਜਿਹੜੀ ਸਾਡੀ ਜਿਹੜੀ ਸੁਣਵਾਈ ਹੈ ਉਹ ਰੈਗੂਲਰ ਹੀਅਰਿੰਗਸ ਜਿਹੜੀਆਂ ਨੇ ਉਹ ਹਾਈਕੋਰਟ ਦੇ ਵਿੱਚ ਆਉਣ ਤੇ ਅਸੀਂ ਜੇਲ੍ਹ ਚੋਂ ਬਾਹਰ ਆ ਕੇ ਲੋਕਾਂ ਦੀ ਸੇਵਾ ਕਰ ਸਕੀਏ। ਔਰ ਈਵਨ ਉਹ ਜੇਲ੍ਹ ਦੇ ਵਿੱਚ ਬੈਠੇ ਹੋਏ ਵੀ ਉਹਨਾਂ ਦਾ ਜਿਹੜਾ ਧਿਆਨ ਹੈ ਉਹ ਪੰਜਾਬ ਦੇ ਮੁੱਦਿਆਂ ਦੇ ਪ੍ਰਤੀ ਰਹਿੰਦਾ, ਚਾਹੇ ਉਹਦੇ 'ਚ ਨਸ਼ੇ ਦਾ ਮੁੱਦਾ ਹੋਵੇ, ਬੇਰੁਜ਼ਗਾਰੀ ਦਾ ਮੁੱਦਾ ਹੋਵੇ ਜਾਂ ਕੋਈ ਹੋਰ ਮੁੱਦੇ ਹੋਣ, ਉਹਨਾਂ ਦੇ ਵਾਸਤੇ ਉਹਨਾਂ ਨੇ ਇੱਕ ਰੋਡ ਮੈਪ ਵੀ ਤਿਆਰ ਕੀਤਾ ਹੈ ਕਿ ਇਹਨਾਂ ਦੇ ਕੀ ਹੱਲ ਹੋ ਸਕਦੇ ਨੇ, ਕਿੱਦਾਂ ਜਿਹੜੀ ਪੰਜਾਬ ਦੀ ਜਿਹੜੀ ਸਿਆਸਤ ਹੈ ਉਹਨੂੰ ਸੁਧਾਰਿਆ ਜਾ ਸਕਦਾ, ਕਿਸ ਤਰੀਕੇ ਦੇ ਨਾਲ ਜਿਹੜਾ ਯੂਥ ਡਿਸਪੁਆਇੰਟਡ ਹੋਇਆ ਉਹਨੂੰ ਜੋੜਿਆ ਜਾ ਸਕਦਾ। ਇਹਨਾਂ ਸਾਰੇ ਰੋਡ ਮੈਪ ਨੂੰ ਲੈ ਕੇ ਉਹਨਾਂ ਨੇ ਇੱਕ ਪਾਰਟੀ ਜਿਹੜੀ ਉਲੀਕਣ ਦੀ ਘੋਸ਼ਣਾ 2-3 ਦਿਨ ਪਹਿਲੇ ਕੀਤੀ ਹੋਈ ਹੈ ਤੇ ਉਹ ਜਲਦੀ ਤੋਂ ਜਲਦੀ ਜਿਹੜੇ ਉਹ ਆਣਗੇ ਔਰ ਉਸ ਤੋਂ ਬਾਅਦ ਜਿਹੜੇ ਉਹਨਾਂ ਦੇ ਸਪੋਕ ਪਰਸਨ ਨੇ ਉਹ ਤੁਹਾਨੂੰ ਅਗਲੀਆਂ ਗੱਲਾਂ ਜਿਹੜੀਆਂ ਉਹਨਾਂ ਦੱਸਣਗੇ। ਪੰਜਾਬ ਤੇ ਭਾਰਤ ਸਰਕਾਰ ਦੋਨਾਂ ਦਾ ਰਿਪਲਾਈ ਆ ਗਿਆ, ਹੁਣ 21 ਅਕਤੂਬਰ ਤੋਂ ਕੀ ਸੁਣਵਾਈ ਹੋਏਗੀ? ਹਾਂ ਬਿਲਕੁਲ, ਇਹਦੇ ਵਿੱਚ ਜਿਹੜੇ ਵੀ ਉਹਨਾਂ ਦੇ ਖਿਲਾਫ ਦਲਜੀਤ ਕਲਸੀ ਉਹਨਾਂ ਦੇ ਖਿਲਾਫ ਗਰਾਊਂਡ ਨੇ ਉਹ ਬਿਲਕੁਲ ਬੇਸਲੈਸ ਗਰਾਊਂਡ ਨੇ ਜਿਹੜਾ ਵੀ ਉਹਨਾਂ ਦੇ ਖਿਲਾਫ, ਕਿਉਂਕਿ ਜਿਹੜੇ ਦਲਜੀਤ ਕਲਸੀ ਨੇ ਉਹ ਕੋਈ ਕ੍ਰਿਮੀਨਲ ਆਦਮੀ ਨਹੀਂ ਹੈ, ਉਹ ਇੱਕ ਡਾਇਰੈਕਟਰ ਪ੍ਰੋਡਿਊਸਰ ਨੇ, ਫਿਲਮ ਐਕਟਰ ਨੇ, ਉਸ ਤੋਂ ਇਲਾਵਾ ਉਹ ਬਿਜ਼ਨਸਮੈਨ ਵੀ ਨੇ ਤੇ ਅਸੀਂ ਪਿਛਲੀ ਵਾਰ ਵੀ ਜਦੋਂ ਪਹਿਲੀ ਵਾਰ ਜਦੋਂ ਸੁਣਵਾਈ ਹੋਈ ਉਦੋਂ ਅਸੀਂ ਮਾਨਯੋਗ ਹਾਈਕੋਰਟ ਨੂੰ ਇਹ ਗੱਲ ਕਹੀ, ਚੀਫ ਜਸਟਿਸ ਬੈਂਚ ਨੂੰ, ਕਿ ਇੱਕ ਵੀ ਐਲੀਗੇਸ਼ਨ ਇੱਕ ਵੀ ਸਬੂਤ ਦਲਜੀਤ ਕਲਸੀ ਦੇ ਖਿਲਾਫ ਐਸਾ ਹੋਵੇ ਜਿਹੜਾ ਅਮਾਊਂਟ ਟੂ NSA ਹੋਵੇ। ਸੋ ਉਦੋਂ ਮਾਨਯੋਗ ਹਾਈਕੋਰਟ ਨੇ ਨੋਟਿਸ ਜਿਹੜਾ ਇਸ਼ੂ ਕਰਕੇ ਦੋਨਾਂ ਸਰਕਾਰਾਂ ਤੋਂ ਜਵਾਬ ਮੰਗਿਆ ਸੀ, ਪੰਜਾਬ ਸਰਕਾਰ ਨੇ ਪਿਛਲੀ ਵਾਰ ਜਵਾਬ ਦੇ ਦਿੱਤਾ ਸੀ ਤੇ ਜਿਹੜੀ ਹੁਣ ਯੂਨੀਅਨ ਆਫ ਇੰਡੀਆ ਉਹਨੇ ਇਸ ਵਾਰ ਜਵਾਬ ਦਿੱਤਾ, ਅਗਲੀ ਵਾਰ ਜਿਹੜਾ ਫਾਈਨਲ ਇਹਨਾਂ ਦੀ NSA ਦੇ ਉੱਤੇ ਆਰਗੂਮੈਂਟ ਹੋਏਗਾ। ਪੰਜਾਬ ਗਵਰਨਮੈਂਟ ਨੇ ਪਿਛਲੀ ਵਾਰ ਰਿਪਲਾਈ ਫਾਈਲ ਕਰ ਦਿੱਤਾ ਸੀ ਤੇ ਯੂਨੀਅਨ ਆਫ ਇੰਡੀਆ ਨੇ ਜਿਹੜਾ ਰਿਪਲਾਈ ਉਹ ਇਸ ਵਾਰ ਫਾਈਲ ਕੀਤਾ, ਹੁਣ ਉਹਦੇ ਵਿੱਚ ਜਿਹੜੀ ਅਗਲੀ ਤਰੀਕ ਹੈ ਉਹ 21-10 ਨੂੰ ਜਿਹੜਾ ਹੈ ਫਾਈਨਲ ਆਰਗੂਮੈਂਟ ਦੇ ਵਾਸਤੇ ਉਹ ਕੇਸ ਜਿਹੜਾ ਉਹ ਅਡਜਰਨ ਹੋਇਆ। ਭਾਰਤ ਸਰਕਾਰ ਨੇ ਰਿਪਲਾਈ ਕੀ ਫਾਈਲ ਕੀਤਾ? ਭਾਰਤ ਸਰਕਾਰ ਨੇ ਜਿਹੜਾ ਹੂਬਹੂ ਪੰਜਾਬ ਸਰਕਾਰ ਨੇ ਜਿਹੜੀ ਉਹਨਾਂ ਦੇ ਖਿਲਾਫ ਡਿਟੈਂਸ਼ਨ ਦੇ ਗਰਾਊਂਡ ਨੇ ਜਾਂ ਉਸ ਤੋਂ ਬਾਅਦ ਜਿਹੜੇ ਉਹਨਾਂ ਦੇ ਖਿਲਾਫ ਐਲੀਗੇਸ਼ਨ ਨੇ ਉਹਨਾਂ ਨੂੰ ਕਨਫਰਮੇਸ਼ਨ ਜਿਹੜੀ ਭਾਰਤ ਸਰਕਾਰ ਨੇ ਉਹ ਕੀਤੀ ਹੈ ਕਿ ਬਿਲਕੁਲ ਗਰਾਊਂਡ ਸਹੀ ਨੇ ਔਰ ਜਿਹੜੀ ਇਹਨਾਂ ਦੀ NSA ਆ ਉਹਨੂੰ ਐਕਸਟੈਂਡ ਕੀਤਾ ਜਾਏ। ਤੁਸੀਂ ਸਰਬਜੀਤ ਕਲਸੀ ਨੂੰ ਡਿਬਰੂਗੜ੍ਹ ਜੇਲ੍ਹ 'ਚ ਮਿਲ ਕੇ ਵੀ ਆਏ ਜੀ, ਕੀ ਉੱਥੇ ਸਾਰੇ ਜਿਹੜੇ ਹੈਗੇ ਨੇ ਉਹਨਾਂ ਦਾ ਕੀ ਹਾਲ ਹੈ, ਕਿਸ ਕੰਡੀਸ਼ਨ 'ਚ ਹੈ? ਜਿਹੜਾ ਕਨਫਲਿਕਟ ਵਿੱਚ ਆਪਸ 'ਚ ਗੱਲ ਆ ਰਹੀ ਹੈ ਵੀ ਕਨਫਲਿਕਟ ਹੋ ਗਿਆ, ਉਹਦੇ ਬਾਰੇ ਕੀ ਕਹਿਣਾ? ਲੇਕਿਨ ਜਿਹੜਾ ਸਰਬਜੀਤ ਕਲਸੀ ਹੋਣ ਵਾਲੀ ਗੱਲ ਹੈ ਕਿ ਉਹਨਾਂ ਦੇ ਵਿੱਚ ਆਪਸ 'ਚ ਕਨਫਲਿਕਟ ਹੋਇਆ, ਇਦਾਂ ਦੀ ਕੋਈ ਗੱਲ ਨਹੀਂ ਹੈ। ਮੈਂ ਪਿੱਛੇ ਜੋ ਉਹਨਾਂ ਨੂੰ ਮਿਲ ਕੇ ਆਇਆ ਤੇ ਮੈਨੂੰ ਨਾਲ ਵਾਲੇ ਸਾਥੀਆਂ ਨੂੰ ਵੀ ਮਿਲਣ ਦਾ ਜਿਹੜਾ ਮੌਕਾ ਮਿਲਿਆ ਉੱਥੇ, ਉਹ ਸਾਰੇ ਜਾਣੇ ਇਕਜੁੱਟਤਾ ਦੇ ਨਾਲ ਰਹਿ ਰਹੇ ਨੇ। ਬਾਕੀ ਜਿਹੜਾ ਉਹਨਾਂ ਨੂੰ ਇੱਥੋਂ ਇਹ ਪੰਜਾਬ ਤੋਂ 2500 ਕਿਲੋਮੀਟਰ ਦੂਰ ਜਿਹੜਾ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਉਹਨਾਂ ਨੂੰ ਸ਼ਿਫਟ ਗਿਆ, ਜਿਹੜੀ ਭਾਸ਼ਾ ਹੈ ਉੱਥੋਂ ਦਾ ਜਿਹੜਾ ਵਾਤਾਵਰਨ ਹੈ ਉੱਥੋਂ ਦੀ ਜਿਹੜੀ ਲੈਂਗੁਏਜ ਹੈ ਔਰ ਉੱਥੋਂ ਦੇ ਜਿਹੜੇ ਲੋਕ ਨੇ ਉਹ ਉਹਨਾਂ ਦੇ ਨਾਲ ਮੇਲ ਨਹੀਂ ਖਾਂਦੇ ਗੇ,
ਇਹਨਾਂ ਚੀਜ਼ਾਂ ਨੂੰ ਲੈ ਕੇ ਜਿਹੜਾ ਉਹ ਮਤਲਬ ਇੱਕ ਤਰੀਕੇ ਦਾ ਪਰੇਸ਼ਾਨੀ ਦੇ ਨਾਲ ਜਿਹੜਾ ਉਹ ਜੇਲ੍ਹ ਦੇ ਵਿੱਚ ਰਹਿ ਰਹੇ ਨੇ। ਕੋਈ ਮੈਸੇਜ ਵੀ ਆ ਗਿਆ ਸਰਬਜੀਤ ਕਲਸੀ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਡੇਰਾ ਬਾਬਾ ਨਾਨਕ ਸੀਟ ਹੈ ਉਹਦੇ ਤੋਂ ਇਲੈਕਸ਼ਨ ਲੜ ਰਹੇ ਨੇ ਅਤੇ ਉਹਨਾਂ ਦਾ ਇਹ ਕੌਮ ਦੇ ਪ੍ਰਤੀ ਮੈਸੇਜ ਹੈ ਕਿ ਸਾਨੂੰ ਜਿਹੜਾ ਹੈ ਜਿਤਾਇਆ ਜਾਵੇ ਔਰ ਜਿਹੜੀ ਸਾਡੀ ਜਿਹੜੀ ਸੁਣਵਾਈ ਹੈ ਉਹ ਰੈਗੂਲਰ ਹੀਅਰਿੰਗਸ ਜਿਹੜੀਆਂ ਨੇ ਉਹ ਹਾਈਕੋਰਟ ਦੇ ਵਿੱਚ ਆਉਣ ਅਤੇ ਅਸੀਂ ਜੇਲ੍ਹ ਚੋਂ ਬਾਹਰ ਆ ਕੇ ਲੋਕਾਂ ਦੀ ਸੇਵਾ ਕਰ ਸਕੀਏ ਔਰ ਈਵਨ ਉਹ ਜੇਲ੍ਹ ਦੇ ਵਿੱਚ ਬੈਠੇ ਹੋਏ ਵੀ ਉਹਨਾਂ ਦਾ ਜਿਹੜਾ ਧਿਆਨ ਹੈ ਉਹ ਪੰਜਾਬ ਦੇ ਮੁੱਦਿਆਂ ਦੇ ਪ੍ਰਤੀ ਰਹਿੰਦਾ ਚਾਹੇ ਉਹਦੇ 'ਚ ਨਸ਼ੇ ਦਾ ਮੁੱਦਾ ਹੋਵੇ, ਬੇਰੁਜ਼ਗਾਰੀ ਦਾ ਮੁੱਦਾ ਹੋਵੇ ਜਾਂ ਕੋਈ ਹੋਰ ਮੁੱਦੇ ਹੋਣ, ਉਹਨਾਂ ਦੇ ਵਾਸਤੇ ਉਹਨਾਂ ਨੇ ਇੱਕ ਰੋਡ ਮੈਪ ਵੀ ਤਿਆਰ ਕੀਤਾ ਹੈ ਕਿ ਇਹਨਾਂ ਦੇ ਕੀ ਹੱਲ ਹੋ ਸਕਦੇ ਨੇ, ਕਿੱਦਾਂ ਜਿਹੜੀ ਪੰਜਾਬ ਦੀ ਜਿਹੜੀ ਸਿਆਸਤ ਹੈ ਉਹਨੂੰ ਸੁਧਾਰਿਆ ਜਾ ਸਕਦਾ, ਕਿਸ ਤਰੀਕੇ ਦੇ ਨਾਲ ਜਿਹੜਾ ਯੂਥ ਡਿਸਪੁਆਇੰਟਡ ਹੋਇਆ ਉਹਨੂੰ ਜੋੜਿਆ ਜਾ ਸਕਦਾ। ਇਹਨਾਂ ਸਾਰੇ ਰੋਡ ਮੈਪ ਨੂੰ ਲੈ ਕੇ ਉਹਨਾਂ ਨੇ ਇੱਕ ਪਾਰਟੀ ਜਿਹੜੀ ਉਲੀਕਣ ਦੀ ਘੋਸ਼ਣਾ 2-3 ਦਿਨ ਪਹਿਲੇ ਕੀਤੀ ਹੋਈ ਹੈ ਅਤੇ ਉਹ ਜਲਦੀ ਤੋਂ ਜਲਦੀ ਜਿਹੜੇ ਉਹ ਆਉਣਗੇ ਔਰ ਉਸ ਤੋਂ ਬਾਅਦ ਜਿਹੜੇ ਉਹਨਾਂ ਦੇ ਸਪੋਕ ਪਰਸਨ ਨੇ ਉਹ ਤੁਹਾਨੂੰ ਅਗਲੀਆਂ ਗੱਲਾਂ ਜਿਹੜੀਆਂ ਉਹਨਾਂ ਦੱਸਣਗੇ। ਪੰਜਾਬ ਤੇ ਭਾਰਤ ਸਰਕਾਰ ਦੋਨਾਂ ਦਾ ਰਿਪਲਾਈ ਆ ਗਿਆ, ਹੁਣ 21 ਅਕਤੂਬਰ ਤੋਂ ਕੀ ਸੁਣਵਾਈ ਹੋਏਗੀ? ਹਾਂ ਬਿਲਕੁਲ, ਇਹਦੇ ਵਿੱਚ ਜਿਹੜੇ ਵੀ ਉਹਨਾਂ ਦੇ ਖਿਲਾਫ ਦਲਜੀਤ ਕਲਸੀ ਉਹਨਾਂ ਦੇ ਖਿਲਾਫ ਗਰਾਊਂਡ ਨੇ ਉਹ ਬਿਲਕੁਲ ਬੇਸਲੈਸ ਗਰਾਊਂਡ ਨੇ ਜਿਹੜਾ ਵੀ ਉਹਨਾਂ ਦੇ ਖਿਲਾਫ, ਕਿਉਂਕਿ ਜਿਹੜੇ ਦਲਜੀਤ ਕਲਸੀ ਨੇ ਉਹ ਕੋਈ ਕ੍ਰਿਮੀਨਲ ਆਦਮੀ ਨਹੀਂ ਹੈ, ਉਹ ਇੱਕ ਡਾਇਰੈਕਟਰ ਪ੍ਰੋਡਿਊਸਰ ਨੇ, ਫਿਲਮ ਐਕਟਰ ਨੇ, ਉਸ ਤੋਂ ਇਲਾਵਾ ਉਹ ਬਿਜ਼ਨਸਮੈਨ ਵੀ ਨੇ ਅਤੇ ਅਸੀਂ ਪਿਛਲੀ ਵਾਰ ਵੀ ਜਦੋਂ ਪਹਿਲੀ ਵਾਰ ਜਦੋਂ ਸੁਣਵਾਈ ਹੋਈ ਉਦੋਂ ਅਸੀਂ ਮਾਨਯੋਗ ਹਾਈਕੋਰਟ ਨੂੰ ਇਹ ਗੱਲ ਕਹੀ ਚੀਫ ਜਸਟਿਸ ਬੈਂਚ ਨੂੰ ਕਿ ਇੱਕ ਵੀ ਐਲੀਗੇਸ਼ਨ, ਇੱਕ ਵੀ ਸਬੂਤ ਦਲਜੀਤ ਕਲਸੀ ਦੇ ਖਿਲਾਫ ਐਸਾ ਹੋਵੇ ਜਿਹੜਾ ਅਮਾਊਂਟ ਟੂ NSA ਹੋਵੇ। ਸੋ ਉਦੋਂ ਮਾਨਯੋਗ ਹਾਈਕੋਰਟ ਨੇ ਨੋਟਿਸ ਜਿਹੜਾ ਇਸ਼ੂ ਕਰਕੇ ਦੋਨਾਂ ਸਰਕਾਰਾਂ ਤੋਂ ਜਵਾਬ ਮੰਗਿਆ ਸੀ, ਪੰਜਾਬ ਸਰਕਾਰ ਨੇ ਪਿਛਲੀ ਵਾਰ ਜਵਾਬ ਦੇ ਦਿੱਤਾ ਸੀ ਅਤੇ ਜਿਹੜੀ ਹੁਣ ਯੂਨੀਅਨ ਆਫ ਇੰਡੀਆ ਉਹਨੇ ਇਸ ਵਾਰ ਜਵਾਬ ਦਿੱਤਾ, ਅਗਲੀ ਵਾਰ ਜਿਹੜਾ ਫਾਈਨਲ ਇਹਨਾਂ ਦੀ NSA ਦੇ ਉੱਤੇ ਆਰਗੂਮੈਂਟ ਹੋਏਗਾ।